ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਆ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਇੱਕ ਵਾਰ ਫਿਰ ਤੋਂ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਹੈ। ਤਾਂ ਦੇਖਿਆ ਜਾ ਸਕਦਾ ਸੀ ਕਿ ਬੀਤੇ ਦਿਨ ਵੀ ਟੀਮ ਜਿਹੜੀ ਹੈ ਦਿੱਲੀ ਦੇ ਸੀਐਮ ਦੇ ਘਰ ਪਹੁੰਚਦੀ ਹੈ, ਪਰ ਉਹ ਆਪਣੇ ਘਰ ਦੇ ਉੱਪਰ ਮੌਜੂਦ ਨਹੀਂ ਹੁੰਦੇ। ਤਾਂ ਦੇਖਿਆ ਜਾ ਸਕਦਾ ਕਿ ਇਸ ਦੇ ਨਾਲ ਹੀ ਜਿਹੜੇ ਆਤਿਸ਼ ਕੁਮਾਰ ਨੇ ਉਹਨਾਂ ਨੂੰ ਵੀ ਇੱਕ ਨੋਟਿਸ ਜਾਰੀ ਕਰਨ ਦੇ ਲਈ ਪੁਲਿਸ ਪਹੁੰਚਦੀ ਹੈ, ਪਰ ਉਹ ਵੀ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਹੁੰਦੇ। ਤਾਂ ਦੇਖਿਆ ਜਾ ਸਕਦਾ ਸੀ ਕਿ ਦਿੱਲੀ ਸੀਐਮ ਇਸ ਦੇ ਨਾਲ ਹੀ ਜਿਹੜੇ ਸੀਐਮ ਮਾਨ ਨੇ ਦੋਵੇਂ ਪ੍ਰਦਰਸ਼ਨ ਦੇ ਵਿੱਚ ਮੌਜੂਦ ਦੇਖੇ ਜਾ ਸਕਦੇ ਸੀ। ਤਾਂ ਲਗਾਤਾਰ ਹੀ ਦੇਖਿਆ ਜਾ ਸਕਦਾ ਕਿ ਬੀਜੇਪੀ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਵੀ ਆਰੋਪ ਬੀਜੇਪੀ ਦੇ ਉੱਪਰ ਲਗਾਏ ਗਏ ਨੇ ਉਸ ਨੂੰ ਲੈ ਕੇ ਕੋਈ ਨਾ ਕੋਈ ਪੁਖਤਾ ਸਬੂਤ ਜਿਹੜੇ ਨੇ ਉਹਨਾਂ ਦੇ ਵੱਲੋਂ ਪੇਸ਼ ਕੀਤੇ ਜਾਣ, ਅਤੇ ਜਿਸ ਦੇ ਚੱਲਦਿਆਂ ਹੀ ਹੁਣ ਕ੍ਰਾਈਮ ਬ੍ਰਾਂਚ ਟੀਮ ਜਿਹੜੀ ਹੈ ਦਿੱਲੀ ਸੀਐਮ ਦੇ ਘਰ ਪਹੁੰਚ ਚੁੱਕੀ ਹੈ। ਕੱਲ੍ਹ ਵੀ ਨੋਟਿਸ ਦੇਣ ਦੇ ਲਈ ਪੁਲਿਸ ਪਹੁੰਚੀ ਸੀ, ਪਰ ਇਲੈਕਸ਼ਨਸ ਨੂੰ ਲੈ ਕੇ ਜਿਹੜੀਆਂ ਕਿ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਇਲੈਕਸ਼ਨਸ ਹੁੰਦੀਆਂ ਨੇ, ਤਾਂ ਉਸਦੇ ਖਿਲਾਫ ਪ੍ਰਦਰਸ਼ਨ ਜਿਹੜਾ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤਾ ਜਾ ਸਕਦਾ ਸੀ। ਮੌਜੂਦਾ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਟੀਮ ਜਿਹੜੀ ਹੈ ਕਾਫੀ ਦੇਰ ਤੋਂ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਮੌਜੂਦ ਦੇਖੀ ਜਾ ਸਕਦੀ ਹੈ। ਹਾਲਾਂਕਿ ਸੀਐਮ ਆਫਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਨੋਟਿਸ ਲੈਣ ਦੇ ਲਈ ਤਿਆਰ ਨੇ, ਪਰ ਅਧਿਕਾਰੀਆਂ ਦੇ ਵੱਲੋਂ ਕੋਈ ਵੀ ਰਿਸੀਵਿੰਗ ਜਿਹੜੀ ਹੈ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ। ਮੰਤਰੀ ਆਤਿਸ਼ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਨੂੰ ਵੀ ਨੋਟਿਸ ਦੇਣ ਦੇ ਲਈ ਪੁਲਿਸ ਜਿਹੜੀ ਹੈ ਬੀਤੇ ਦਿਨ ਉਹਨਾਂ ਦੇ ਘਰ ਪਹੁੰਚੀ ਸੀ, ਪਰ ਬਿਨਾਂ ਨੋਟਿਸ ਦਿੱਤੇ ਹੀ ਪੁਲਿਸ ਜਿਹੜੀ ਹੈ ਵਾਪਸ ਪਰਤ ਗਈ ਸੀ। ਤਾਂ ਬੀਜੇਪੀ ਦੇ ਵੱਲੋਂ ਆਰੋਪ ਲਗਾਏ ਜਾ ਰਹੇ ਨੇ ਕਿ ਜਿਹੜੇ ਵੀ ਆਰੋਪ ਬੀਜੇਪੀ ਦੇ ਉੱਪਰ ਲੱਗੇ ਨੇ ਸਰਾਸਰ ਝੂਠੇ ਨੇ, ਆਮ ਆਦਮੀ ਪਾਰਟੀ ਦੇ ਕੋਲ ਉਹਨਾਂ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਹੈ। ਜੇਕਰ ਉਹਨਾਂ ਦੇ ਕੋਲ ਸਬੂਤ ਨੇ ਤਾਂ ਪੁਲਿਸ ਜਾਂਚ ਤੋਂ ਬਚਣ ਦੀ ਉਹਨਾਂ ਦੇ ਵੱਲੋਂ ਆਖਰ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ? ਤਾਂ ਕੁਝ ਦਿਨ ਪਹਿਲਾਂ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਵੱਲੋਂ ਬੀਜੇਪੀ ਦੇ ਉੱਪਰ ਵੱਡੇ ਆਰੋਪ ਲਗਾਏ ਗਏ ਸੀ ਕਿ 25-25 ਕਰੋੜ ਔਫਰ ਕਰਕੇ ਉਹਨਾਂ ਦੇ ਵਿਧਾਇਕ ਜਿਹੜੇ ਨੇ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਇਸ ਦੇ ਨਾਲ ਹੀ ਸਰਕਾਰ ਗਿਰਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਬੂਤ ਮੰਗੇ ਜਾ ਰਹੇ ਨੇ ਪੁਲਿਸ ਦੇ ਵੱਲੋਂ, ਪਰ ਦੇਖਿਆ ਜਾ ਸਕਦਾ ਕਿ ਅਰਵਿੰਦ ਕੇਜਰੀਵਾਲ ਲਾ ਤਾਂ ਕੱਲ੍ਹ ਨਾ ਹੀ ਅੱਜ ਆਪਣੇ ਘਰ ਦੇ ਵਿੱਚ ਮੌਜੂਦ ਦੇਖੇ ਜਾ ਸਕਦੇ ਨੇ। ਦਿੱਲੀ ਭਾਜਪਾ ਇਕਾਈ ਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਦਿੱਲੀ ਪੁਲਿਸ ਕਮਿਸ਼ਨਰ ਦੇ ਕੋਲੋਂ ਕਿ ਜਿਹੜੀ ਸ਼ਿਕਾਇਤ ਦਿੱਤੀ ਗਈ ਹੈ ਉਸ ਵਿੱਚ ਹਾਲੇ ਕੋਈ ਨਾ ਕੋਈ ਸਬੂਤ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਦਿਖਾਏ ਜਾਣ, ਪਰ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਵੀ ਸਬੂਤ ਨਹੀਂ ਦਿਖਾਏ ਜਾ ਰਹੇ, ਜਿਸ ਦਾ ਸਰਾਸਰ ਮਤਲਬ ਇਹ ਹੀ ਨਿਕਲਦਾ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਬੀਜੇਪੀ ਦੇ ਖਿਲਾਫ ਕੋਈ ਵੀ ਸਬੂਤ ਜਿਹੜੇ ਨੇ ਮੌਜੂਦ ਨਹੀਂ ਨੇ। ਤਾਂ ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਜਿਨ੍ਹਾਂ ਦੇ ਵੱਲੋਂ ਬੀਜੇਪੀ ਦੇ ਉੱਪਰ ਆਰੋਪ ਲਗਾਏ ਜਾ ਰਹੇ ਨੇ, ਦੂਜੇ ਪਾਸੇ ਬੀਜੇਪੀ ਜਿਹੜੀ ਹੈ ਉਸਦੇ ਵੱਲੋਂ ਦੇਖਿਆ ਜਾ ਸਕਦਾ ਹੈ ਸਬੂਤ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਤਾਂ ਜਿਸ ਨੂੰ ਲੈ ਕੇ ਸਿਆਸਤ ਜਿਹੜੀ ਹੈ ਇਸ ਵੇਲੇ ਕਾਫੀ ਜ਼ਿਆਦਾ ਭਖਦੀ ਹੋਈ ਦੇਖੀ ਜਾ ਸਕਦੀ ਹੈ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਜਿਹੜੀ ਕਿ ਮੌਕੇ ਦੇ ਉੱਪਰ ਮੌਜੂਦ ਹੈ, ਨੋਟਿਸ ਦਿੱਤਾ ਜਾਏਗਾ ਸੀਐਮ ਆਫਿਸ ਦੇ ਵਿੱਚ ਜਾਂ ਫਿਰ ਅੱਜ ਇੱਕ ਵਾਰ ਫਿਰ ਤੋਂ ਨੋਟਿਸ ਦਿੱਤੇ ਬਿਨਾਂ ਹੀ ਇਹ ਟੀਮ ਜਿਹੜੀ ਹੈ ਵਾਪਸ ਪਰਤ ਜਾਵੇਗੀ। ਇਸ ਵੇਲੇ ਦੀ ਵੱਡੀ